ਭਾਈ ਜੀ, ਸਾਡਾ ਦਿਲ ਐਂ ਕਰਦਾ ਵੀ ਕਿਸੇ ਵੀ ਪਾਰਟੀ ਨੂੰ ਸਪੋਰਟ ਨਾ ਕਰੀਏ। ਕਾਰਨ ਕੀ ਹੋ ਗਿਆ ਇਹ ਜਿਹਾ? ਕਾਰਨ ਆਹੀ ਆ ਬਈ ਯਾਰ, ਨੌਜਵਾਨ ਪੀੜ੍ਹੀ ਚਿੱਟੇ ਨਾਲ ਮਰੀ ਜਾਂਦੇ, ਠੀਕ ਆ, ਨਾ ਕੋਈ ਰੁਜ਼ਗਾਰ ਆ, ਨਾ ਕੁਛ ਹੋਰ ਆ, ਆ ਵਿਹਲੇ ਫਿਰਦੇ ਆ, ਵੇਲਾ ਕਿੰਨੇ ਤੇਰੇ ਸਾਹਮਣੇ, ਕੋਈ ਰੋਕ ਨੀ, ਕੋਈ ਟੋਕ ਨੀ, ਪੁਲਿਸ ਵੀ ਨੀ ਕੋਈ ਯਾਰ ਐਕਸ਼ਨ ਲੈ ਰਹੀ, ਨਾ ਕੋਈ ਵਾਸਤਾ। ਅਸੀਂ ਝੋਟਾ ਬੁਲਾਏ ਬਈ ਇੱਥੇ ਮਾਨਸਾ ਵਾਲਾ, ਅਸੀਂ ਲੈਂਦੇ ਰਹੇ ਪੰਗੇ ਉਹਨਾਂ ਨਾਲ, ਬਹੁਤ ਅਸੀਂ ਸਾਡਾ ਚੱਲਦਾ ਰਿਹਾ ਝੱਟ ਉਹਨਾਂ ਨਾਲ, ਜਿਹੜਾ ਆਉਂਦਾ ਸੀ ਕੁੜਦੇ ਚਿੱਟੇ ਵਾਲ ਨੂੰ, ਨਾਲੇ ਤਾਂ ਨਾਲੇ ਅਗਲੇ ਦੇ ਘਰੇ ਲੈ ਕੇ ਜਾਂਦੇ। ਵਾਅਦਾ ਕਰਨਗੇ ਸਾਡੇ ਨਾਲ ਵੀ ਹਾਂ ਵੀ ਵੀ ਬਈ ਅਸੀਂ ਵੀ ਸਭ ਕੁਛ ਚਿੱਟਾ ਬੰਦ ਕਰਾਵਾਂਗੇ, ਐਂ ਜਿਉਂ ਜਿਵੇਂ ਸ਼ਰੇਆਮ ਮਿਲੀ ਜਾਂਦਾ ਵਿਹੜੇ 'ਚ ਬਈ ਯਾਰ, ਬੱਚੇ ਬੱਚੇ ਨੂੰ ਭੇਜਦੇ ਤਾਂ ਵੀ ਜਾ ਕੇ ਲਿਆਊਗਾ ਯਾਰ। ਭਗਵੰਤ ਮਾਨ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤੁਸੀਂ? ਕੋਈ ਖੁਸ਼ ਨਹੀਂ ਬਈ ਯਾਰ। ਕੀ ਕਾਰਨ ਹੋ ਗਿਆ ਇਹ ਜਿਹਾ? ਹੋਰ ਕਾਰਨ ਬਈ ਯਾਰ, ਉਹਨਾਂ ਨੇ ਕੀ ਵਾਅਦੇ ਕੀਤੇ ਕੋਈ ਪੂਰਾ ਕੀਤਾ? ਨਾਲੇ ਕਹਿੰਦੇ ਵੀ ਉਹਨਾਂ ਨੇ ਬਿਜਲੀ ਮੁਫਤ ਕਰਤੀ, ਹਸਪੀਟਲ ਵਧੀਆ ਬਣਾ ਦਿੱਤੇ। ਕੀ ਹੁੰਦਾ ਯਾਰ, ਕੱਲੀ ਬਿਜਲੀ ਨਾਲ ਕੁਛ ਨਹੀਂ ਹੁੰਦਾ। ਆ ਰੋਡ ਵੇਖ ਲਓ ਤੁਸੀਂ ਸਾਡੇ, ਠੀਕ ਹੈ, ਤੁਸੀਂ ਰੋਡ, ਤੁਸੀਂ ਆ ਜਾਓਗੇ, ਤੁਸੀਂ ਨਾ ਆਪਦਾ ਵਹੀਕਲ ਭੰਨ ਲਓਗੇ, ਇਹੋ ਜਿਹੇ ਰੋਡ ਆ ਬਾਈ ਜੀ। ਲੋਕ ਸਭਾ ਚੋਣਾਂ ਆ ਗਈਆਂ ਬਾਈ ਜੀ ਹੁਣ, ਤੁਹਾਡਾ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ? ਬਾਈ ਜੀ, ਸਾਡਾ ਦਿਲ ਐਂ ਕਰਦਾ ਵੀ ਕਿਸੇ ਵੀ ਪਾਰਟੀ ਨੂੰ ਸਪੋਰਟ ਨਾ ਕਰੀਏ। ਕਾਰਨ ਕੀ ਹੋ ਗਿਆ ਇਹ ਜਿਹਾ? ਕਾਰਨ ਆਹੀ ਆ ਬਈ ਯਾਰ, ਨੌਜਵਾਨ ਪੀੜ੍ਹੀ ਚਿੱਟੇ ਨਾਲ ਮਰੀ ਜਾਂਦੇ, ਠੀਕ ਆ, ਨਾ ਕੋਈ ਰੁਜ਼ਗਾਰ ਆ, ਨਾ ਕੁਛ ਹੋਰ ਆ, ਆ ਵਿਹਲੇ ਫਿਰਦੇ ਆ, ਵੇਲਾ ਕਿੰਨੇ ਤੇਰੇ ਸਾਹਮਣੇ, ਇੱਥੇ ਅਸਾਂ ਵਿਹਲੇ ਆ ਸਾਰੇ। ਭਗਵੰਤ ਮਾਨ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤੁਸੀਂ? ਕੋਈ ਖੁਸ਼ ਨਹੀਂ ਬਈ ਯਾਰ। ਕੀ ਕਾਰਨ ਹੋ ਗਿਆ ਇਹ ਜਿਹਾ? ਹੋਰ ਕਾਰਨ ਬਈ ਯਾਰ, ਉਹਨਾਂ ਨੇ ਕੀ ਵਾਅਦੇ ਕੀਤੇ ਕੋਈ ਪੂਰਾ ਕੀਤਾ? ਨਾਲੇ ਕਹਿੰਦੇ ਵੀ ਉਹਨਾਂ ਨੇ ਬਿਜਲੀ ਮੁਫਤ ਕਰਤੀ, ਹਸਪੀਟਲ ਵਧੀਆ ਬਣਾ ਦਿੱਤੇ। ਯਾਰ ਕੱਲੀ ਬਿਜਲੀ ਨਾਲ ਕੁਛ ਨਹੀਂ ਹੁੰਦਾ ਬਈ ਯਾਰ, ਕੱਲੀ ਬਿਜਲੀ, ਪੜ੍ਹਾਈ ਸਿੱਖਿਆ 'ਚ ਉਹਨਾਂ ਨੇ ਵਧੀਆ ਇੰਪਰੂਵਮੈਂਟ ਕੀਤੀ ਹੈ? ਨਹੀਂ ਹੋਇਆ ਅਜੇ, ਅਜੇ ਤਾਈਂ ਨਹੀਂ ਹੋਇਆ ਕੁਛ, ਹੋਇਆ ਨਹੀਂ, ਅਜੇ ਤਾਈਂ ਨਹੀਂ ਹੋਇਆ, ਐਵੇਂ ਕਹਿ ਦਈਏ। ਆ ਰੋਡ ਵੇਖ ਲਓ ਤੁਸੀਂ ਸਾਡੇ, ਠੀਕ ਹੈ, ਤੁਸੀਂ ਰੋਡ, ਤੁਸੀਂ ਆ ਜਾਓਗੇ, ਤੁਸੀਂ ਨਾ ਆਪਦਾ ਵਹੀਕਲ ਭੰਨ ਲਓਗੇ, ਇਹੋ ਜਿਹੇ ਰੋਡ ਆ ਬਾਈ ਜੀ। ਦੱਸੋ ਹੁਣ ਕੀ ਕਰੂਗਾ ਬੰਦਾ? ਇੱਥੋਂ ਦੀ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਜੀ ਆਏ ਨੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਆਪਾਂ ਤਾਂ ਕਹਿੰਦੇ ਵਧੀਆ, ਜੇ ਵਧੀਆ ਬੰਦੇ ਹੋਣਗੇ ਤਾਂ ਵਧੀਆ ਕੰਮ ਕਰਨਗੇ। ਚਲੋ ਆਪਾਂ ਤਾਂ ਕਹਿੰਦੇ ਜਿੱਤਣ, ਵਧੀਆ ਕੰਮ ਕਰਨ ਮੰਡੀ 'ਚ, ਵੀ ਮੰਡੀ ਦਾ ਵਾਧਾ ਹੋਵੇ, ਤਰੱਕੀ ਹੋਵੇ, ਆਪਾਂ ਤਾਂ ਇਹੀ ਗੱਲ ਕਹਿੰਦੇ ਚਾਹੁੰਦੇ। ਤੁਸੀਂ ਉਹਨਾਂ ਨੂੰ ਜਿਤਾ ਕੇ ਤੋਰੋਗੇ ਇੱਥੋਂ? ਅਫਕੋਰਸ, ਜੇ ਉਹ ਵਾਅਦਾ ਕਰਨਗੇ ਸਾਡੇ ਨਾਲ ਵੀ ਹਾਂ ਵੀ ਵੀ ਬਈ ਅਸੀਂ ਵੀ ਸਭ ਕੁਛ ਚਿੱਟਾ ਬੰਦ ਕਰਾਵਾਂਗੇ, ਐਂ ਜਿਉਂ ਜਿਵੇਂ ਸ਼ਰੇਆਮ ਮਿਲੀ ਜਾਂਦਾ ਵਿਹੜੇ 'ਚ ਬਈ ਯਾਰ, ਬੱਚੇ ਬੱਚੇ ਨੂੰ ਭੇਜਦੇ ਤਾਂ ਵੀ ਜਾ ਕੇ ਲਿਆਊਗਾ ਯਾਰ, ਇੰਨਾ ਬੁਰਾ ਹਾਲ ਆ। ਖੁੱਲਾ ਵਿਕਦਾ ਚਿੱਟਾ? ਹਾਂ ਬਈ ਖੁੱਲਾ, ਕੋਈ ਰੋਕ ਨੀ, ਕੋਈ ਟੋਕ ਨੀ, ਪੁਲਿਸ ਵੀ ਨੀ ਕੋਈ ਯਾਰ ਐਕਸ਼ਨ ਲੈ ਰਹੀ, ਨਾ ਕੋਈ ਵਾਸਤਾ। ਅਸੀਂ ਝੋਟਾ ਬੁਲਾਏ ਬਈ ਇੱਥੇ ਮਾਨਸਾ ਵਾਲਾ, ਅਸੀਂ ਲੈਂਦੇ ਰਹੇ ਪੰਗੇ ਉਹਨਾਂ ਨਾਲ, ਬਹੁਤ ਅਸੀਂ ਸਾਡਾ ਚੱਲਦਾ ਰਿਹਾ ਝੱਟ ਉਹਨਾਂ ਨਾਲ, ਜਿਹੜਾ ਆਉਂਦਾ ਸੀ ਕੁੜਦੇ ਚਿੱਟੇ ਵਾਲ ਨੂੰ, ਨਾਲੇ ਤਾਂ ਨਾਲੇ ਅਗਲੇ ਦੇ ਘਰੇ ਲੈ ਕੇ ਜਾਂਦੇ। ਮੁਲਾਜ਼ਮ ਸੀਗੇ ਬਈ ਯਾਰ, ਮੁਲਾਜ਼ਮ ਸਪੋਰਟ ਹੀ ਨੀ ਕਰ ਰਹੇ ਸਾਡੀ, ਅਸੀਂ ਕੀ ਕਰ ਸਕਦੇ ਇਕੱਲੇ? ਯਾਨੀ ਕਿ ਖਫਾ ਹਾਂ ਭਗਵੰਤ ਮਾਨ ਸਰਕਾਰ ਤੋਂ? ਬਿਲਕੁਲ।